ਜਲਾਲਾਬਾਦ ਵਿੱਚ ਲੋਕ ਅਧਿਕਾਰ ਲਹਿਰ ਵੱਲੋਂ ਇੱਕ ਵਿਸ਼ਾਲ ਕਨਵੈਨਸ਼ਨ ਕਰਵਾਈ ਗਈ ਜਿੱਥੇ ਬੁਲਾਰਿਆਂ ਨੇ ਲੋਕਾਂ ਦੇ ਜਮਹੂਰੀ ਹੱਕਾਂ ਦੀ ਉਲੰਘਣਾ ਵਿਰੁੱਧ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਜਲਾਲਾਬਾਦ ਵਿੱਚ ਲੋਕ ਅਧਿਕਾਰ ਲਹਿਰ ਦੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਜੋਕੇ ਵੇਲੇ ਸਰਕਾਰਾਂ ਨੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਤਾਨਾਸ਼ਾਹੀ ਢੰਗ ਨਾਲ ਕੁਚਲ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਿੱਤ ਦਿਨ ਕਰਜ਼ਈ ਮਜ਼ਦੂਰ, ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਨਸ਼ੇ ਦੀ ਭੇਟ ਚੜ ਰਹੀ ਜਵਾਨੀ, ਪੁਲਿਸ ਦੀਆਂ ਵਧੀਕੀਆਂ ਆਦਿ ਮੁੱਦਿਆਂ 'ਤੇ ਲੋਕਾਂ ਨੂੰ ਇਕੱਠੇ ਹੋ ਕੇ ਲੋਕ ਲਹਿਰ ਉਸਾਰਨੀ ਚਾਹੀਦੀ ਹੈ। ਜਿੱਥੇ ਇਹਨਾਂ ਵਿਚਾਰਾਂ ਦਾ ਮੁੱਦਾ ਹੈ, ਔਰ ਇਸ ਤੋਂ ਇਲਾਵਾ ਔਰਤਾਂ ਦਾ ਵੀ, ਵਿਧਵਾਵਾਂ ਦਾ ਵੀ, ਔਰ ਬੁਢਾਪੇ ਵਾਲਿਆਂ ਦਾ ਵੀ, ਸਮੁੱਚੇ ਉਹ ਮੁੱਦੇ ਜਿਨ੍ਹਾਂ ਲਈ ਲੋਕ ਰੋਲੇ ਜਾ ਰਹੇ ਹੈ, ਚਾਹੇ ਹੁਣ ਹੜ੍ਹ ਦਾ ਮਸਲਾ ਹੀ ਹੈ, ਇਹ ਸਾਰੇ ਹੀ ਮਸਲੇ ਇਸ ਮਸਲੇ ਵਿੱਚ ਸ਼ਾਮਿਲ ਨੇ। ਕਿਉਂਕਿ ਜਿੱਥੇ ਲੋਕ ਪੱਖੀ ਸਰਕਾਰਾਂ ਹੋਣ ਦਾ ਡੰਮ ਭਰਨ, ਅਤੇ ਲੋਕ ਹੁੰਦੇ ਹੁਣ ਦੁਖੀ ਅਤੇ ਗਾਲਾਂ 'ਚ ਫਾਹੇ ਪਾਏ ਜਾ ਰਹੇ, ਹੁਣ ਉੱਥੇ ਲੋਕ ਮੁੱਦੇ ਹੁੰਦੇ ਆ, ਕੋਈ ਸਿੰਗਲ ਕਿਸੇ ਇੱਕ ਦਾ ਨਹੀਂ, ਲੋਕ ਮੁੱਦੇ ਆ ਸਾਰੇ। ਲੋਕ ਮੁੱਦੇ ਤੋਂ ਸਰਕਾਰ ਨੂੰ ਫਿਕਸ ਕਰਾਉਣ ਵਾਸਤੇ ਕਿ ਲੋਕ ਭਲਾਈ ਸਰਕਾਰ ਰਹੇ, ਉਹਦੇ ਵਾਸਤੇ ਨੋਟਾਂ ਦਾ ਬਟਨ ਪਾਵਾਂਗੇ, ਤਾਂ ਕਿ ਨੋਟਾਂ ਦੀ ਇੰਨੀ ਕੁ ਗਿਣਤੀ ਕਰ ਦਈਏ ਅਤੇ ਉਹ ਜਿੰਨੇ ਵੀ ਉੱਥੇ ਕੈਂਡੀਡੇਟ ਖੜ੍ਹੇ ਹੋਣ ਉਹਨਾਂ ਨੂੰ ਆਪਣੇ ਆਪ 'ਚ ਇੱਕ ਸ਼ਰਮਿੰਦਗੀ ਰਹੇ ਵੀ ਅਸੀਂ ਉਹ ਲੋਕ ਹਾਂ ਜਿਹੜੇ ਨੋਟਾਂ ਤੋਂ ਹਾਰੇ ਹਾਂ। ਸਾਡੇ ਅੰਗਹੀਣਾਂ ਦੇ ਜਿੰਨੇ ਵੀ ਮੁੱਦੇ ਹੈਗੇ ਆ, ਔਰ ਇੱਥੇ ਆਉਣ ਇਲੈਕਸ਼ਨ ਆ ਰਿਹਾ, ਚਿਮਨੀ ਚੋਣਾਂ ਆ ਰਹੀਆਂ ਨੇ ਜੀ, ਅਸੀਂ ਆਉਣ ਵਾਲੀ ਸਰਕਾਰਾਂ ਨੂੰ ਇਸ ਤਿਕਨ ਦੱਸ ਦਿਆਂਗੇ ਜੋ ਚਿਮਨੀ ਚੋਣ ਆ ਰਹੇ ਨੇ, ਜੇ ਸਾਡੇ ਮਸਲੇ ਕਿਸੇ ਤਰ੍ਹਾਂ ਦੇ ਜੇ ਪੂਰੇ ਨਹੀਂ ਕੀਤੇ ਤਾਂ ਅਸੀਂ ਉਹਨਾਂ ਦੇ ਨਾਲ ਜਿੱਥੋਂ ਤੱਕ ਵੀ ਸਾਡੀ ਲੜਾਈ ਹੋਈ ਅਸੀਂ ਲੜਾਂਗੇ। ਪਰ ਅਸੀਂ ਉਹਨਾਂ ਨੂੰ ਇੱਥੋਂ ਤੱਕ ਕੋਈ MP MLA ਜੋ ਵੀ ਅੱਗੇ ਆਏਗਾ ਅਸੀਂ ਉਹਨਾਂ ਦੇ ਨਾਲ ਅਸੀਂ ਨਹੀਂ ਤੁਰਾਂਗੇ। ਅਸੀਂ ਉਹਨਾਂ ਨੂੰ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਲੋਕ ਹੈਂਡੀਕੈਪ ਹੈ ਜਾਂ ਅੰਗਹੀਣ ਬੱਚੇ ਬੈਠੇ ਆ ਜਾਂ ਵਿਧਵਾਵਾਂ ਭੈਣਾਂ ਨੇ ਜਾਂ ਬੁਢੇਪਾ ਪੈਨਸ਼ਨ ਵਾਲੇ ਬਜ਼ੁਰਗ ਨੇ, ਅਸੀਂ ਉਹਨਾਂ ਨੂੰ ਕਹਾਂਗੇ ਆਪਾਂ ਇਹਨਾਂ ਜਾਣੀ ਕਿ ਸਰਕਾਰਾਂ ਤੋਂ ਬਚੀਏ, ਜੋ ਜਿਹੜੀ ਆਪਾਂ ਨੂੰ ਕਿਸੇ ਤਰ੍ਹਾਂ ਦਾ ਆਪਾਂ ਨੂੰ ਕੋਈ ਪੈਨਸ਼ਨ ਵਗੈਰਾ ਜੋ ਇਹਨਾਂ ਚੋਣ ਮੈਨੀਫੈਸਟੋ 'ਚ ਜਾਰੀ ਕੀਤਾ ਸੀ, ਅਸੀਂ 2500 ਰੁਪਈਆ 2000 ਪੈਨਸ਼ਨ ਦਿਆਂਗੇ, ਸਾਨੂੰ ਅੱਜ ਤੱਕ ਉਹਨਾਂ ਨੇ ਉਹ ਵੀ ਨਹੀਂ ਦਿੱਤੀ। ਦੇ ਟੀਮ ਦੇ ਮੈਂਬਰ ਹੈਗੇ ਆ ਅਤੇ ਲੋਕ ਅਧਿਕਾਰ ਲਹਿਰ ਦੇ ਮੁੱਦੇ 'ਤੇ ਅੱਜ ਇੱਥੇ ਕਨਵੈਨਸ਼ਨ ਕੀਤੀ ਹੈ ਜਲਾਲਾਬਾਦ ਵਿਖੇ, ਜਿਸ ਦੇ ਮੁੱਖ ਕਾਰਨ ਹੈਗੇ ਨਾ ਸਾਡੇ ਅੰਗਹੀਣਾਂ ਨੂੰ ਆਉਣ ਵਾਲੀਆਂ ਬਹੁਤ ਤਕਲੀਫਾਂ ਹੈਗੀਆਂ ਨੇ, ਜਿਨ੍ਹਾਂ ਵਿੱਚ ਪੈਨਸ਼ਨ ਹੋ ਗਈ, ਪੈਨਸ਼ਨ ਦਾ ਬਹੁਤ ਵੱਡਾ ਮੁੱਦਾ ਹੈਗਾ, ਸਾਡੇ ਜੋ ਅੰਗਹੀਣ ਦਿਵਿਆਂਗ ਵਿਦਿਆਰਥੀ ਹੈਗੇ ਆ ਉਹਨਾਂ ਦੀ ਕੋਈ ਸਕੋਲਰਸ਼ਿਪ ਨਹੀਂ ਆ ਰਹੀ ਹੈਗੀ। ਜ਼ਿਆਦਾਤਰ ਪੰਜਾਬ ਵਿੱਚ ਦੇਖਿਆ ਜਾਵੇ ਅਜਿਹੇ ਵਿਅਕਤੀ ਹੈਗੇ ਨੇ ਜਿਨ੍ਹਾਂ ਦੇ ਹਾਲੇ ਤੱਕ ਅੰਗਹੀਣ ਤਾਂ ਸਰਟੀਫਿਕੇਟ ਹੀ ਨਹੀਂ ਬਣੇ ਹੈਗੇ, ਜਿਹੜੇ ਅਸੀਂ ਪਿਛਲੇ ਸਮੇਂ ਤੋਂ ਕਾਫੀ ਸਾਡੇ ਸੰਯੋਗੀ ਇੱਥੋਂ ਦੇ ਲੋਕਲ ਪ੍ਰਧਾਨ ਨੇ ਸਾਡੇ ਪੂਰਨ ਚੰਦ ਜੀ ਬਹੁਤ ਵਧੀਆ ਸੰਯੋਗ ਦੇ ਰਹੇ ਨੇ, ਫਾਜ਼ਿਲਕਾ ਜਾ ਕੇ ਸੋਮਵਾਰ ਦਾ ਦਿਨ ਪ੍ਰਸ਼ਾਸਨ ਨੇ ਦਿੱਤਾ ਹੋਇਆ, ਪਿੱਛੇ ਜੇ ਵੀਡੀਓ ਵੀ ਵਾਇਰਲ ਹੋਈ ਸੀ ਦੇਖਿਆ ਜਾਵੇ, ਇੱਕ ਛੋਟਾ ਜਿਹਾ ਸਰਟੀਫਿਕੇਟ ਇਹਨਾਂ ਲਈ ਹੈਗਾ ਸਿਵਲ ਸਰਜਨ ਲਈ ਜੋ ਡਿਸੇਬਲਡ ਦੇ ਲਈ ਬਣਦਾ ਹੈਗਾ, ਉਹਦੇ ਤੋਂ ਬਗੈਰ ਡਿਸੇਬਲਡ ਦੀ ਕੋਈ ਪੈਨਸ਼ਨ ਨਹੀਂ ਲੱਗਦੀ ਹੈਗੀ, ਕੋਈ ਉਹਨੂੰ ਵਿੱਤੀ ਸਹਾਇਤਾ ਨਹੀਂ ਮਿਲਦੀ ਹੈਗੀ, ਉਹ ਹੋਣਾ ਬਹੁਤ ਜ਼ਰੂਰੀ ਹੈ। ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ।